कोटपूर के रेलवे भाग की लापरवाही से एक व्यक्ति की मौत हो गई। उसकी मौत पानी की एक 30 वर्ष पुरानी बंद पड़ी डिक्की में गिरने से हुई है। इसके लिए परिजन विभाग से मुआवजे की मांग कर रहे हैं। वहीं लोगों का कहना है कि इस डिग्गी के कारण लोग बहुत परेशान हैं तथा ये बीमारियों को बुलावा दे रही है। ਇਹਦੇ ਬ੍ਰਦਰ ਨੇ ਦੱਸਿਆ ਹੈ ਵੀ ਨਾਮ ਰਜੀਤ ਸਿੰਘ ਹੈਗਾ, ਇਹ 15 ਤੋਂ ਘਰੋਂ ਲਾਪਤਾ ਸੀਗਾ, ਇਹ ਥੋੜ੍ਹਾ ਜਿਹਾ ਦਿਮਾਗੀ ਅਪਸੈਟ ਸੀਗਾ, ਇਹ ਕਰਕੇ ਇਹਦੀ ਲਾਸ਼ 15 ਤੋਂ ਇਹ ਘਰ ਵਾਲੇ ਪਰਿਵਾਰ ਭਰ ਰਹੇ ਸੀ, ਅਸੀਂ ਵੀ ਨਾਲ ਦੀ ਕੋਸ਼ਿਸ਼ ਕਰ ਰਹੇ ਸੀਗੇ। ਅੱਜ ਜਿਹੜੀ ਲਾਸ਼ ਇਹਦੀ ਇੱਥੋਂ ਡਿੱਗੀਆਂ ਵਿੱਚੋਂ ਰੇਲਵੇ 'ਚੋਂ ਮਿਲ ਚੁੱਕੀ ਹੈ। ਇਹ ਘਰ ਦੇ ਬਿਆਨਾਂ ਦੇ ਜੋ ਉਹਦੇ ਬ੍ਰਦਰ ਜਾਂ ਬੱਚੇ ਦਾ ਬੇਟਾ ਜੋ ਬਿਆਨ ਦੇ ਮੁਤਾਬਕ ਵਾਲੀ ਕਾਰਵਾਈ ਆਉਣ ਚਲਾਉਂਦੀ ਜੋ ਜੀ। ਮੇਰਾ ਭਰਾ ਕੋਈ ਸਮਾਨ ਲੈਣ ਵਾਸਤੇ ਗਿਆ ਸੀ ਇੱਧਰ ਜੀ, ਇੱਧਰ ਆਉਂਦੇ ਵਕਤ ਡਿੱਗੀਆਂ 'ਚੋਂ ਪੈਰ ਫਿਸਲ ਗਿਆ ਜੀ, ਵਿੱਚ ਡਿੱਗ ਪਿਆ ਜੀ, ਇਹਨਾਂ ਡਿੱਗੀਆਂ ਨੂੰ ਬੰਦ ਕਰਾਏ ਜਾਣ ਜੀ। ਕਿਆ ਨਾਮ ਥਾ ਕੇ ਭਾਈ ਕਾ? ਅਮਰ ਸਿੰਘ। ਕਿਤਨੀ ਉਮਰ? 40-45 ਸਾਲ ਕੀ। ਅਬ ਕਿਆ ਚਾਹਤੇ ਹੈਂ ਆਪ? ਕਿਆ ਹਮਕੋ ਯੇ ਮੁਆਵਜ਼ਾ ਮਿਲਨਾ ਚਾਹੀਏ ਸਰ। ਦੇਖੋ ਜੋ 3 ਦਿਨ ਸੇ ਯੇ ਐਪੀਸੋਡ ਚੱਲ ਰਹਾ ਹੈ ਕਿ ਕੋਈ ਕਿਸੇ ਕੀ ਕੋਈ ਆਦਮੀ ਇਸਮੇ ਗਿਰਾ ਹੈ, ਤੋ ਵੋ 3 ਦਿਨ ਸੇ ਲਗਾਤਾਰ ਇਸਕੀ ਸਰਚ ਚੱਲ ਰਹੀ ਥੀ, ਜੋ ਜਬ JCB ਬੁਲਵਾ ਕਰ ਪਾਣੀ ਨਿਕਾਲਾ ਗਿਆ ਤੋ ਆਜ 3 ਦਿਨ ਬਾਅਦ ਵੋ ਡੈਡ ਬੋਡੀ ਮਿਲੀ ਹੈ। ਲੇਕਿਨ ਮੇਰੇ ਕੋ ਨਹੀਂ ਸਮਝ ਮੇ ਨਹੀਂ ਆ ਰਹਾ ਕਿ ਰੇਲਵੇ ਵਿਭਾਗ ਕੋ ਇਸ ਡਿੱਗੀਓ ਕੀ ਕਿਆ ਜ਼ਰੂਰਤ ਹੈ। ये तो एक मौत का जंजाल बनी हुई है, चारों तरफ डेंगू फैला हुआ है। रेलवे विभाग अपनी कुंभकर्णी नींद सोया हुआ है। क्या रेलवे विभाग बता सकता है जो मरा है वो किसके कारण मरा है? अगर ये डिग्गियां नहीं होती, जिसकी कोई यूज भी नहीं है, बगैर यूज के डिग्गियां रखी गई हैं, इनको जल्द से जल्द बंद किया जाना चाहिए। और जो डेंगू का कारण बन रहा है, लोगों की बीमारी का कारण, सोए हुए रेलवे विभाग को जागना चाहिए और लोगों के साथ खड़े होकर जो ये मरा है इसको मुआवजा देना चाहिए। मैं इतना ही कहना। जागती लहर के लिए कोटकपुरा से गुरजीत रमाणा की रिपोर्ट।